Birthday party. Let's go. And I got present for Denisha. Let's go. Nidita. Aquí está. ਫਰੈਂਡਸ, ਅਸੀਂ ਆਏ ਹਾਂ ਸੁਖਮਣੀ ਦੀ ਬਰਥਡੇ ਪਾਰਟੀ 'ਤੇ ਅਤੇ ਸੁਖਮਣੀ ਬਹੁਤ ਐਕਸਾਈਟਿਡ ਹੈ। ਸੁਖਮਣੀ ਦੀ ਇਹ ਨਰਸਰੀ ਦੀ ਫਰੈਂਡ ਹੈ ਅਤੇ ਬਟ ਇਹਨਾਂ ਦਾ ਹੁਣ ਸਕੂਲ ਵੱਖਰਾ ਵੱਖਰਾ, ਪਰ ਇਹ ਇੱਕ ਦੂਜੇ ਨੂੰ ਮਿਲਦੀਆਂ ਨੇ ਅਤੇ ਇੱਕ ਦੂਜੇ ਨੂੰ ਬਹੁਤ ਮਿਸ ਕਰਦੀਆਂ ਨੇ। ਅਤੇ ਸੁਖਮਣੀ ਆਈ ਆ ਉਹਦੇ ਬਰਥਡੇ ਪਾਰਟੀ 'ਤੇ ਅਤੇ ਅਸੀਂ ਪੂਰੀ ਬਰਥਡੇ ਪਾਰਟੀ ਇੰਜੋਏ ਕਰਕੇ ਜਾਵਾਂਗੇ। ਅਤੇ ਸੁਖਮਣੀ ਲੈ ਰਹੀ ਆ ਉਹਦੇ ਨਾਲ ਆਪਣੀ ਪਿਕਚਰਸ, ਅਤੇ 5 ਈਅਰ ਦਾ ਬਰਥਡੇ ਬੱਚੀ ਦਾ ਸੀਗਾ ਅਤੇ ਬਹੁਤ ਕਿਊਟ ਹੈ ਬੱਚੀ। ਅਤੇ ਅਸੀਂ ਬਹੁਤ ਇੰਜੋਏ ਕੀਤਾ ਉਹਦੇ ਬਰਥਡੇ ਪਾਰਟੀ 'ਤੇ, ਅਤੇ ਸੁਖਮਣੀ ਨੇ ਵੀ ਬਹੁਤ ਇੰਜੋਏ ਕੀਤਾ, ਖਾਧਾ ਪੀਤਾ। ਔਰ ਇਸ ਬਰਥਡੇ ਨੂੰ, ਕਿਉਂਕਿ ਇਹ ਬਰਥਡੇ ਸਾਡੀ ਆਊਟ ਆਫ ਕਲਚਰ ਦਾ ਸੀਗਾ, ਸ਼੍ਰੀਲੰਕਨ ਬਰਥਡੇ ਪਾਰਟੀ ਸੀ, ਅਤੇ ਅਸੀਂ ਇੰਜੋਏ ਕੀਤਾ। ਅਤੇ ਹੋਪ ਤੁਸੀਂ ਵੀ ਇਹ ਵੀਡੀਓ ਦੇਖ ਕੇ ਇੰਜੋਏ ਕੀਤਾ ਹੋਏਗਾ ਅਤੇ ਵੀਡੀਓ ਨੂੰ ਫੋਲੋ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ। ਥੈਂਕ ਯੂ ਸੋ ਮੱਚ ਫੋਲੋ ਜਿਨ੍ਹਾਂ ਨੇ ਆਲਰੇਡੀ ਕੀਤਾ ਹੋਇਆ ਫੋਲੋ, ਅਤੇ ਲਾਈਕ ਕਰ ਲਿਓ ਅਤੇ ਦੇਖੋ ਕਿੱਦਾਂ ਬੱਚੇ ਬਰਥਡੇ ਬਣਾ। ਬੱਚੇ ਤਾਂ ਬਰਥਡੇ ਦੇ ਬਹੁਤ ਵੱਡੇ ਫੈਨ ਹੁੰਦੇ ਨੇ ਸੁਖਮਣੀ ਦੀ, ਅਤੇ ਹਰ ਦਿਨ ਆਏ ਫਰੈਂਡ ਦਾ ਬਰਥਡੇ ਆਇਆ ਰਹਿੰਦਾ ਹੈ। ਅਤੇ ਇਹ ਸੀਗੀ ਸ਼੍ਰੀਲੰਕਨ ਬਰਥਡੇ ਪਾਰਟੀ, ਅਤੇ ਤੁਹਾਨੂੰ ਕਿੱਦਾਂ ਦੀ ਲੱਗੀ ਬਰਥਡੇ ਪਾਰਟੀ ਤਾਂ ਸਾਨੂੰ ਜ਼ਰੂਰ ਦੇਖਿਓ, ਦੱਸਿਓ। ਅਤੇ ਹੁਣ ਅਸੀਂ ਨੈਕਸਟ ਬਰਥਡੇ ਪਾਰਟੀ, ਹੁਣ ਪਤਾ ਨਹੀਂ ਕਦੋਂ ਹੋਣੀ ਹੈ, ਕਿਹਦੇ ਹੋਣੀ ਹੈ, ਕਦੋਂ ਸਾਨੂੰ ਇਨਵੀਟੇਸ਼ਨ ਆ ਜਾਣਾ। ਇਹ ਤਾਂ ਸੀਗੀ ਸੁਖਮਣੀ ਦੀ ਫਰੈਂਡ ਦੀ ਬਰਥਡੇ ਪਾਰਟੀ, ਨਰਸਰੀ ਦੀ, ਉਹਦੀ ਲਾਸਟ ਈਅਰ ਦੀ ਫਰੈਂਡ ਸੀਗੀ। ਅਤੇ ਹੁਣ ਮੈਂ ਸੋਚ ਰਹੀ ਹਾਂ ਹੁਣ ਆਪਾਂ ਕੋਈ ਬਰਥਡੇ ਪਾਰਟੀ ਅਟੈਂਡ ਨਹੀਂ ਕਰਨੀ, ਹੁਣ ਆਪਾਂ ਸੁਖਮਣੀ ਦਾ ਬਰਥਡੇ ਮਨਾਉਂਗੇ। ਅਤੇ ਜਲਦੀ ਸੁਖਮਣੀ ਦਾ ਬਰਥਡੇ ਆਉਣ ਵਾਲਾ ਸਾਡੇ ਬਲੌਗ 'ਤੇ, ਬਟ ਹਲੇ ਬਹੁਤ ਟਾਈਮ ਪਿਆ। ਅਤੇ ਗਾਈਜ਼, ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਅਤੇ ਦੇਖੋ ਸੁਖਮਣੀ ਕਿੰਨੀ ਐਕਸਾਈਟਿਡ ਹੈ, ਅਤੇ ਮੈਨੂੰ ਲੱਗਦਾ ਤੁਹਾਨੂੰ ਵੀ ਅੱਛੀ ਲੱਗੀ ਹੋਏਗੀ ਵੀਡੀਓ। ਬਾਏ ਗਾਈਜ਼।